नमस्कार ते ओम शांति ते नाला सत श्री अकाल मित्रों सब तुहाडा स्वागत है सुर ए संध्या दे प्रोग्राम च। असी अपने मन च बहुत सारे गाने गाते हैं ते नाले सुनते भी हाँ, पर कोई कोई गाने होंगे जिस जो सानू बहुत अच्छे लगते हैं। असी गल करते इतनी अध्यात्मिक गीतों की, जिहड़े अध्यात्मिक गीत जिहड़े अच्छे लगते, जिहड़े मन नूं पांदे वे। अज असी साडे इस प्रोग्राम च नए मेहमान का स्वागत करते हैं, जिहड़े हिमाचल पंजाब ते पठानकोट ते पधारे हैं। उन्होंने कई गीत भी गाए हुए हैं, उन्होंने गीत असी सुने भी है। मैं चाहती हाँ कि तुसी भी सुनो। आइए स्वागत करते हैं उन्होंने। भाजी तुहाडा बहुत बहुत सत श्री अकाल, स्वागत है। नमस्कार, सत श्री अकाल, जय हिंद। ਭਾਜੀ ਤੁਹਾਡੇ ਮੈਂ ਬਹੁਤ ਸਾਰੇ ਗਾਣੇ ਸੁਣੇ ਪਏ ਆ, ਮੈਨੂੰ ਬਹੁਤ ਅੱਛੇ ਵੀ ਲੱਗੇ। ਨਾਲੇ ਅੱਜ ਕੱਲ੍ਹ ਇੱਕ ਹੈ ਖੁਸ਼ੀਆਂ ਖੇੜੇ ਸਾਡੇ ਜਿਹੜੇ, ਉਹ 'ਚ ਮੈਂ ਕੁਛ ਗਾਣਾ ਵੀ ਸੁਣਿਆ ਤੁਹਾਡਾ, ਤਾਂ ਕੁਛ ਗਾਣੇ ਇਹੜੇ ਵੀ ਹੈ ਜਿਹੜੇ ਮੈਨੂੰ ਬਹੁਤ ਅੱਛੇ ਵੀ ਲੱਗੇ। ਔਰ ਕਈ ਲੋਕਾਂ ਨੇ ਮੈਨੂੰ ਇੰਨਾ ਇੱਦਾਂ ਵੀ ਬੋਲਿਆ ਕਿ ਓਮ ਪ੍ਰਕਾਸ਼ ਭਾਈ ਜੀ ਬਹੁਤ ਅੱਛੇ ਗਾਣੇ ਗਾਉਂਦੇ ਆ, ਤਾਂ ਮੈਂ ਚਾਹੁੰਦੀ ਕਿ ਤੁਸੀਂ ਅੱਜ ਇਸ ਸਾਡੇ ਪ੍ਰੋਗਰਾਮ 'ਚ ਸੁਰ ਸੰਧਿਆ 'ਚ ਤੁਸੀਂ ਕਿਹੜਾ ਗੀਤ ਗਾਉਣਾ ਚਾਹੁੰਦੇ ਅੱਜ ਪਹਿਲੇ? ਭੈਣ ਜੀ, ਇਸ ਤਰ੍ਹਾਂ ਹੈ ਕਿ ਇਸ ਪ੍ਰੋਗਰਾਮ ਦਾ ਆਗਾਜ਼ ਜਿਹੜਾ ਹੈ, ਪਹਿਲਾਂ ਅਸੀਂ ਦਰਸ਼ਕਾਂ ਦਾ ਵੀ ਸਵਾਗਤ ਅਤੇ ਤੁਹਾਡਾ ਵੀ ਸਵਾਗਤ, ਸਭ ਦਾ ਸਵਾਗਤ ਕਰਦੇ ਹਾਂ ਜਿਹਨੂੰ ਅਸੀਂ ਪੰਜਾਬੀ ਗੀਤ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਕਿ ਖੈਰ ਮਕਦਮ, ਵੈਲਕਮ, ਅਭਿਨੰਦਨ, ਅਭਿਵਾਦਨ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨੂੰ ਪੰਜਾਬ 'ਚ ਕਹਿੰਦੇ ਨੇ ਜੀ ਆਇਆਂ ਨੂੰ। ਤੁਸੀਂ ਸਾਡੇ ਕੋਲ ਆਏ, ਬਹੁਤ ਵਧੀਆ, ਤੁਹਾਡਾ ਸਵਾਗਤ ਹੈ, ਸਵਾਗਤ ਹੈ ਸਰ ਜੀ। ਸੋ ਇਸ ਕਰਕੇ ਅਸੀਂ ਪਹਿਲਾ ਗੀਤ ਇਹ ਗਾਵਾਂਗੇ। ਔਰ ਇਹ ਗੀਤ ਦੀ ਬੜੀ ਅੱਛੀ ਇੱਕ ਬੈਕਗਰਾਊਂਡ ਹੈ ਕਿ ਇਸ ਇਹ ਗੀਤ ਜਿਹੜਾ ਸੀ ਪਹਿਲਾਂ ਆਮ ਤੌਰ ਦੇ ਉੱਤੇ ਜਿਹੜਾ ਸੀ ਬ੍ਰਹਮਾ ਕੁਮਾਰੀਜ਼ ਦੇ ਵਿੱਚ ਪਹਿਲਾਂ ਹਿੰਦੀ ਗੀਤ ਚੱਲਿਆ ਕਰਦੇ ਸੀ, ਔਰ ਪੰਜਾਬ ਦੇ ਵਿੱਚ ਜਿਹੜਾ ਜਦੋਂ ਹਿੰਦੀ ਸਵਾਗਤ ਗੀਤ ਵੱਜਦਾ ਸੀ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ 'ਤੇ ਪੰਜਾਬੀ ਲੋਕ ਕਹਿੰਦੇ ਸੀ ਕਿ ਆਹ ਜਿਹੜੀ ਬ੍ਰਹਮਾ ਕੁਮਾਰੀ ਸੰਸਥਾ ਹੈ ਇਹ ਗੱਲਾਂ ਵੀ ਹਿੰਦੀ 'ਚ ਕਰਦੀ ਹੈ, ਗੀਤ ਵੀ ਹਿੰਦੀ 'ਚ ਗਾਉਂਦੀ ਹੈ, ਅਤੇ ਇਹ ਹੈ ਪਤਾ ਨਹੀਂ ਕਿਹੜੇ ਇਲਾਕੇ ਦੇ ਲੋਕ ਨੇ। ਜਦੋਂ ਆਪਾਂ ਪੰਜਾਬੀ ਸ਼ੁਰੂ ਕੀਤੀ, ਪੰਜਾਬੀ ਤੜਕਾ ਇਹਨਾਂ ਗੀਤਾਂ 'ਚ ਪਾਇਆ, ਤਾਂ ਉਦੋਂ ਜਿਹੜਾ ਨਾ ਇਹ ਫਲੇਵਰ ਪੰਜਾਬੀਆਂ ਤੱਕ ਪਹੁੰਚਿਆ, ਔਰ ਅੱਜ ਉਹ ਸਾਰੇ ਇੱਥੇ ਨੱਚਦੇ ਆ, ਝੂਮਦੇ ਆ ਅਤੇ ਗਾਉਂਦੇ ਆ ਅਤੇ ਬੱਲੇ ਬੱਲੇ ਕਰਦੇ ਜੀ। ਇਹ 'ਚ ਮੈਂ ਤੁਹਾਡੀ ਇਹ ਗੱਲ ਬੋਲਣਾ ਚਾਹੁੰਦੀ ਕਿ ਜਦੋਂ ਪੰਜਾਬੀ ਤੜਕਾ ਲੱਗਦਾ ਤਾਂ ਉਹਨੂੰ ਕੁਛ ਹੋਰ ਹੀ ਜ਼ਿਆਦਾ ਮਜ਼ਾ ਆਉਂਦਾ, ਉਹ ਪੰਜਾਬੀ ਗਾਣਾ ਹੀ ਅਲੱਗ ਹੋ ਜਾਂਦਾ, ਉਹ ਫਲੇਵਰ ਇਵੇਂ ਹੁੰਦਾ, ਉਹ ਇਸ ਤਰ੍ਹਾਂ ਹੁੰਦਾ ਜਿਵੇਂ ਤੁਸੀਂ ਸਬਜ਼ੀ ਦੇ ਵਿੱਚ ਕਸੂਰੀ ਮੇਥੀ ਪਾ ਦਿਓ ਜੀ, ਅਤੇ ਉਹ ਜਿਹੜੀ ਇੱਕ ਫਲੇਵਰ ਬਣ ਜਾਂਦਾ ਜੀ, ਉਹ ਬੰਦਾ ਉਂਗਲਾਂ ਚੱਟਦਾ, ਖੁਸ਼ਬੂ ਲੈਂਦਾ, ਮਸਤ ਹੋ ਜਾਂਦਾ। ਸੋ ਇਸ ਕਰਕੇ ਆਓ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਸੀਂ ਇੱਕ ਸਵਾਗਤ ਗੀਤ ਸੁਣਾ ਦਿੰਦੇ ਹਾਂ, ਜੀ ਆਇਆਂ ਨੂੰ, ਜੀ ਆਇਆਂ ਨੂੰ, ਆ ਕੇ ਰੌਣਕਾਂ ਲਾਈਆਂ ਨੇ। ਭਾਜੀ ਤੁਸੀਂ ਜੇ ਇਹ ਗਾਣਾ ਬੋਲਿਆ ਜੀ ਆਇਓ, ਜੀ ਆਇਓ, ਇਹ ਗਾਣਾ ਕਿਹਨੇ ਗਾਇਆ ਅਤੇ ਲਿਖਿਆ, ਇਹਨੂੰ ਮਿਊਜ਼ਿਕ ਕਿਹਨੇ ਦਿੱਤਾ? ਭੈਣ ਜੀ, ਇਸ ਤਰ੍ਹਾਂ ਹੈ ਕਿ ਉਹ ਜਿੱਦਾਂ ਕੋਈ ਕਹਿੰਦੇ ਆ ਕਿ ਰਾਹ ਪਿਆ ਜਾਣੇ ਅਤੇ ਵਾਹ ਪਿਆ ਜਾਣੇ, ਇਹਦਾ ਮਤਲਬ ਇਹ ਹੈ ਕਿ ਆਹ ਜਿਹੜਾ ਪੰਜਾਬੀ ਮਿਊਜ਼ਿਕ ਹੈ ਜੀ, ਇਹ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ 'ਚ ਇਹਨੂੰ ਬਣਾਉਣਾ, ਜਿਹਨੂੰ ਆਪਾਂ ਕਹਿ ਲਈਏ ਕਿ ਵਾਜਬ ਨਹੀਂ ਹੈ, ਸੰਭਵ ਨਹੀਂ ਹੋਇਆ ਜੀ, ਬਿਲਕੁਲ। ਅਤੇ ਇਹ ਪੰਜਾਬ ਦੇ ਖਿੱਤੇ ਦੇ ਲੋਕਾਂ ਦੀ ਨਬਜ਼, ਉੱਥੋਂ ਦੀ ਜਾਣ ਪਛਾਣ, ਉੱਥੋਂ ਦੇ ਸੰਗੀਤ ਦਾ ਹਾਰ ਸ਼ਿੰਗਾਰ ਕੇਵਲ ਪੰਜਾਬ 'ਚ ਹੀ ਹੋ ਸਕਦਾ ਜੀ, ਉਹ ਤਾਂ ਹੈ। ਇਹ ਮੈਂ ਜਿਹੜਾ ਗੀਤ ਬਣਾਇਆ ਸੀ ਜੀ, ਇਹ ਉਸ ਸ਼ਿਵ ਬਾਬਾ ਦੀ ਕਿਰਪਾ ਦੇ ਨਾਲ ਜਾਂ ਆਪਣਾ ਮਾਲਕ ਦੀ ਕਿਰਪਾ ਦੇ ਨਾਲ, ਇਹ ਗੀਤ ਖੁਦ ਹੀ ਮੈਨੂੰ ਲਿਖਣ ਦਾ ਮੌਕਾ ਦਿੱਤਾ ਪਰਮਾਤਮਾ ਨੇ ਜੀ। ਔਰ ਇਹਦਾ ਜਿਹੜਾ ਮਿਊਜ਼ਿਕ ਹੈ ਇਹ ਪਠਾਨਕੋਟ ਦੇ ਬਹੁਤ ਵੱਡੇ ਇੱਕ ਸੰਗੀਤਕਾਰ ਨੇ ਸਾਡੇ, ਜਿਹੜੇ ਕਿ ਤੁਹਾਡੇ ਬ੍ਰਹਮਾ ਕੁਮਾਰੀਜ਼ ਦੇ ਗਾਡਲੀਵੁੱਡ ਸਟੂਡੀਓ ਦੇ ਵਿੱਚ ਦੋ ਵਾਰੀ ਆ ਕੇ ਸ਼ਿਰਕਤ ਕਰ ਚੁੱਕੇ ਨੇ, ਔਰ ਇੱਥੇ ਵੀ ਉਹ ਸੰਗੀਤ ਘੱਟੋ ਘੱਟ 8-10 ਗੀਤਾਂ 'ਚ ਦੇ ਚੁੱਕੇ ਆ। ਉਹਨਾਂ ਦਾ ਨਾਮ ਹੈ ਬੁੱਲੇ ਸ਼ਾਹ ਵਿਸ਼ਾਲ ਪਾਲ, ਦੋ ਬੰਦੇ ਨੇ ਜੀ ਜੀ, ਜਿਨ੍ਹਾਂ ਨੇ ਇਸ ਨੂੰ ਇਸ ਗਾਣੇ ਨੂੰ, ਔਰ ਜਿੰਨੇ ਮੈਂ ਗੀਤ ਗਾਵਾਂਗਾ ਇਸ ਸਾਰੇ ਗੀਤਾਂ ਦੇ ਵਿੱਚ, ਉਹਨਾਂ ਨੇ ਪੰਜਾਬੀ ਦੀ ਸ਼ਮੂਲੀਅਤ ਔਰ ਪੰਜਾਬੀ ਸੰਗੀਤ ਔਰ ਪੰਜਾਬੀ ਸਾਜ਼ਾਂ ਦਾ ਸਮਿਸ਼ਰਨ ਇਹਨਾਂ ਵਧੀਆ ਢੰਗ ਨਾਲ ਕੀਤਾ ਕਿ ਬੰਦਾ ਆਸ਼ਸ਼ ਕਰ ਉੱਠਦਾ ਹੈ, ਬੰਦਾ ਕਹਿੰਦਾ ਵੀ ਵਾਹ ਕਿਆ ਬਾਤ ਹੈ, ਵੰਸ ਮੋਰ ਵਾਲੀ ਗੱਲ ਕਰਦਾ। ਅਤੇ ਇਸ ਕਰਕੇ ਇਹ ਗਾਣਾ ਲਿਖਣ ਦਾ ਜਿਹੜਾ ਮੌਕਾ ਹੈ ਪਰਮਾਤਮਾ ਨੇ ਮੈਨੂੰ ਦਿੱਤਾ, ਮੇਰੇ ਦੁਆਰਾ ਹੀ ਗੀਤ ਲਿਖਿਆ ਹੈ, ਔਰ ਇਹਦਾ ਮਿਊਜ਼ਿਕ ਜਿਹੜਾ ਦਿੱਤਾ ਹੈ ਇਹ ਦਿੱਤਾ ਹੈ ਬੁੱਲੇ ਸ਼ਾਹ, ਸਾਡੇ ਬਹੁਤ ਮਹਾਨ ਸੰਗੀਤਕਾਰ ਨੇ, ਔਰ ਵਿਸ਼ਾਲ ਪਾਲ, ਦੋਨੋਂ ਜੋੜੀ ਨੇ ਜੀ, ਇਹ ਉਹਨਾਂ ਨੇ ਮਿਊਜ਼ਿਕ ਇਹਦਾ ਦਿੱਤਾ ਜੀ। ਜੀ, ਜਿਤਨੀ ਤਾਰੀਫ ਤੁਸੀਂ ਕਰਿਆ ਕਰਦੇ, ਮੈਨੂੰ ਲੱਗਦਾ ਕਿ ਹੁਣ ਸਾਨੂੰ ਇਹ ਗੀਤ ਸੁਣਨਾ ਚਾਹੀਦਾ, ਅਤੇ ਨਾਲੇ ਮੈਂ ਮਿੱਤਰਾਂ 'ਤੇ ਵੀ ਉਮੀਦ ਕਰਦੀ ਹਾਂ ਕਿ ਉਹਨੂੰ ਵੀ ਮਜ਼ਾ ਆਊਂਗਾ ਇਸ ਗਾਣੇ ਸੁਣਨ ਵਾਸਤੇ। ਚਲੀਏ ਅਸੀਂ ਇਹ ਗਾਣਾ ਸੁਣਦੇ ਹਾਂ ਅਤੇ ਨਾਲੇ ਮਜ਼ਾ ਵੀ ਲੈਂਦੇ ਹਾਂ। ਆਇਆ
ਕੇ ਰੌਣਕਾਂ ਲਾਈਆਂ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ ਆ ਕੇ ਰੌਣਕਾਂ ਲਾਈਆਂ ਨੇ ਫੁੱਲਾਂ ਵਾਂਗੂ ਖਿੜ ਗਏ ਚਿਹਰੇ ਮਨ ਵੱਜੀਆਂ ਵਧਾਈਆਂ ਨੇ ਉੱਤੇ ਆ ਕੇ ਆਪਣਾ ਪਨ ਵਿਖਾਇਆ ਹੈ ਸ਼ੁਭ ਆਸ਼ਾ ਦੀਆਂ ਕਿਰਨਾਂ ਦੇ ਕੇ ਮਹਿਫਿਲ ਨੂੰ ਰੁਸ਼ਨਾਇਆ ਹੈ ਹੋ ਇੱਕ ਬੇਨਤੀ ਉੱਤੇ ਆ ਕੇ ਆਪਣਾ ਪਨ ਵਿਖਾਇਆ ਹੈ ਸ਼ੁਭ ਆਸ਼ਾ ਦੀਆਂ ਕਿਰਨਾਂ ਦੇ ਕੇ ਮਹਿਫਿਲ ਨੂੰ ਰੁਸ਼ਨਾਇਆ ਹੈ ਅਸਾਂ ਵੀ ਲਰਜ਼ਾਂ ਚਾਰ ਚੁਫੇਰੇ ਹੋ ਅਸਾਂ ਵੀ ਲਰਜ਼ਾਂ ਚਾਰ ਚੁਫੇਰੇ ਕਲੀਆਂ ਦੀਆਂ ਸਜਾਈਆਂ ਨੇ ਫੁੱਲਾਂ ਵਾਂਗੂ ਖਿੜ ਗਏ ਚਿਹਰੇ ਮਨ ਵੱਜੀਆਂ ਵਧਾਈਆਂ ਨੇ ਸਾਡੇ ਜੋ ਤਸ਼ਰੀਫ ਲਿਆਏ ਹੋ ਪ੍ਰਭੂ ਦਾ ਘਰ ਹੈ ਘਰ ਸਭਨਾ ਦਾ ਆਪਣੇ ਘਰ ਵਿੱਚ ਆਏ ਹੋ ਕੰਨ ਭਾਗ ਨੇ ਹੋਏ ਆ ਸਾਡੇ ਜੋ ਤਸ਼ਰੀਫ ਲਿਆਏ ਹੋ ਪ੍ਰਭੂ ਦਾ ਘਰ ਹੈ ਘਰ ਸਭਨਾ ਦਾ ਆਪਣੇ ਘਰ ਵਿੱਚ ਆਏ ਹੋ ਤੁਸੀਂ ਆਏ ਤਾਂ ਇਉਂ ਲੱਗਦਾ ਹੈ ਤੁਸੀਂ ਆਏ ਤਾਂ ਇਉਂ ਲੱਗਦਾ ਹੈ ਜਿਉਂ ਬਹਾਰਾਂ ਆਈਆਂ ਨੇ ਫੁੱਲਾਂ ਵਾਂਗੂ ਖਿੜ ਗਏ ਚਿਹਰੇ ਮਨ ਵੱਜੀਆਂ ਵਧਾਈਆਂ ਨੇ ਪਰਿਵਰਤਨ ਦੀ ਵੇਲਾ ਹੈ ਸ਼ਿਵ ਨੇ ਕਾਜ ਰਚਾਇਆ ਹੈ ਅਵਿਨਾਸ਼ੀ ਧਨ ਦੇਵਨ ਖਾਤਰ ਆਦਰ ਸਹਿਤ ਬੁਲਾਇਆ ਹੈ ਯੁਗ ਪਰਿਵਰਤਨ ਦੀ ਵੇਲਾ ਹੈ ਸ਼ਿਵ ਨੇ ਕਾਜ ਰਚਾਇਆ ਹੈ ਅਵਿਨਾਸ਼ੀ ਧਨ ਦੇਵਨ ਖਾਤਰ ਆਦਰ ਸਹਿਤ ਬੁਲਾਇਆ ਹੈ ਆਓ ਬੱਚੇ ਪਿਆਰੇ ਬੱਚੇ ਹੋ ਆਓ ਬੱਚੇ ਪਿਆਰੇ ਬੱਚੇ ਉਸ ਆਵਾਜ਼ਾਂ ਲਗਾਈਆਂ ਨੇ ਫੁੱਲਾਂ ਵਾਂਗੂ ਖਿੜ ਗਏ ਚਿਹਰੇ ਮਨ ਵੱਜੀਆਂ ਵਧਾਈਆਂ ਨੇ ਮੈਨੂੰ ਤਾਂ ਬਹੁਤ ਚੰਗਾ ਲੱਗਾ ਤੁਹਾਡਾ ਗਾਣਾ ਮਤਲਬ ਜਿਹੜੇ ਲੋਕ ਅਸੀਂ ਆਪਣੇ ਪਰਿਵਾਰ ਵਾਲੇ ਹੁੰਦੇ ਉਹ ਆਪਣਿਆਂ ਦਾ ਸਵਾਗਤ ਕਰਦੇ ਹੈ ਨਾ ਮਤਲਬ ਗਾਣੇ ਦੀ ਸਮਝ ਮੈਨੂੰ ਇੱਦਾਂ ਲੱਗੀ ਕਿ ਲੋਕ ਆਪਣੇ ਪਰਿਵਾਰ ਦਾ ਸਵਾਗਤ ਕਰਦੇ ਮਿੱਤਰਾਂ ਦਾ ਕਰਦੇ ਬੱਚਿਆਂ ਦਾ ਕਰਦੇ ਬੜਿਆਂ ਦਾ ਕਰਦੇ ਲੇਕਿਨ ਤੁਸੀਂ ਤਾਂ ਪ੍ਰਭੂ ਦਾ ਸਵਾਗਤ ਕੀਤਾ ਸਵਾਗਤ ਉਹ ਕਹਿੰਦੇ ਕਿ ਜਿਹਦੀ ਰਚਨਾ ਇੰਨੀ ਸੁੰਦਰ ਉਹ ਕਿੰਨਾ ਸੁੰਦਰ ਹੋਵੇਗਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਰੱਬ ਦਾ ਸਵਾਗਤ ਕੀਤਾ ਸਮਝੋ ਰੱਬ ਦੀ ਬਣਾਈ ਸਾਰੀ ਕਾਇਨਾਤ ਦਾ ਸਾਰੀ ਖਲਕਤ ਦਾ ਸਵਾਗਤ ਹੋ ਗਿਆ ਜੀ ਬਿਲਕੁਲ ਜਿਹਨੂੰ ਕਹਿੰਦੇ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ ਜੀ ਰੱਬ ਦਾ ਸਵਾਗਤ ਮਤਲਬ ਰੱਬ ਦੀ ਰਚਨਾ ਦਾ ਉਹਦੇ ਬਣਾਏ ਹੋਏ ਮਨੁੱਖਾਂ ਦਾ ਬੰਦਿਆਂ ਦਾ ਸਵਾਗਤ ਹੋ ਗਿਆ ਹਾਂ ਮਤਲਬ ਇਹ 'ਚ ਤੁਸੀਂ ਆਪਣੇ ਪਰਮਾਤਮਾ ਦਾ ਸਵਾਗਤ ਕੀਤਾ ਅਸੀਂ ਕੋਈ ਵੀ ਬੰਦੇ ਹੋ ਸਾਨੂੰ ਸਭ ਤੋਂ ਪਹਿਲੇ ਕੋਈ ਵੀ ਕੰਮ ਕਰਨੇ ਵਾਸਤੇ ਪਹਿਲੇ ਪਰਮਾਤਮਾ ਦਾ ਸਵਾਗਤ ਰੱਬ ਤੋਂ ਬਿਨਾਂ ਕੋਈ ਪੱਤਾ ਨਹੀਂ ਹਿੱਲ ਸਕਦਾ ਜੀ ਰੱਬ ਤੋਂ ਬਿਨਾਂ ਤਾਂ ਹਰ ਚੀਜ਼ ਜਿਹੜੀ ਹੈ ਨਾ ਰੱਬ ਦੇ ਨਾਲ ਹੀ ਜਿਹੜੀ ਹੈ ਨਾ ਹਰ ਚੀਜ਼ ਮੁਨਾਸਬ ਤੁਹਾਨੂੰ ਇਹ ਗਾਣਾ ਕਿੱਦਾਂ ਬਣਿਆ ਕਿ ਮੈਂ ਸਵਾਗਤ ਗੀਤ ਗਾਵਾਂ ਜਦੋਂ ਅਸੀਂ ਕਿਸੇ ਦਾ ਸਵਾਗਤ ਕਰਦੇ ਹਾਂ ਪੰਜਾਬੀ ਸੰਗੀਤ ਦੀ ਇੱਕ ਖੂਬੀ ਹੈ ਪੰਜਾਬੀ ਸੰਗੀਤ ਦਿਲ ਦੀ ਤਹਿ ਤੱਕ ਜਾਂਦਾ ਔਰ ਦਿਲ 'ਚੋਂ ਨਿਕਲਦਾ ਜੀ ਜਦੋਂ ਕੋਈ ਚੀਜ਼ ਦਿਲ 'ਚੋਂ ਨਿਕਲੇ ਉਹ ਅਗਲੇ ਦੀ ਦਿਲ ਤੱਕ ਜਾਂਦੀ ਹੈ ਅਤੇ ਜਦੋਂ ਦਿਲ ਨਾਲ ਦਿਲ ਜੁੜਦੇ ਹੈ ਤਾਂ ਸਾਂਝ ਕਹਿ ਲਓ ਜਾਂ ਪਿਆਰ ਕਹਿ ਲਓ ਜਾਂ ਸੰਬੰਧ ਕਹਿ ਲਓ ਗੂੜਾ ਹੋ ਜਾਂਦਾ ਫਿਰ
ਟੁੱਟ ਹੋ ਜਾਂਦਾ, ਜਿਹਨੂੰ ਕਹਿੰਦੇ ਟੁੱਟ ਨਹੀਂ ਸਕਦਾ ਕਦੀ। ਹਿੰਦੁਸਤਾਨ ਦੀ ਇੱਕ ਖੂਬੀ ਹੈ, ਇਹ ਵੱਖ ਵੱਖ ਧਰਮਾਂ ਦਾ, ਵੱਖ ਵੱਖ ਨਸਲਾਂ ਦਾ, ਵੱਖ ਵੱਖ ਭਾਸ਼ਾਵਾਂ ਦਾ, ਵੱਖ ਵੱਖ ਖਿੱਤਿਆਂ ਦਾ ਇੱਕ ਬੜਾ ਖੂਬਸੂਰਤ ਗੁਲਦਸਤਾ ਹੈ। ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਭਾਈ ਭਾਈ ਕਹਿੰਦੇ, ਲੇਕਿਨ ਅੱਜ ਭਾਈ ਭਾਈ ਇੱਕ ਦੂਜੇ ਨਾਲ ਲੜ ਰਿਹਾ ਹੈ, ਨਾ ਭਾਈਆਂ ਦਾ ਪਰ ਦੁਸ਼ਮਣੀ ਬਰਾਬਰ ਦੀ ਹੈ। ਸੋ ਇਸ ਕਰਕੇ ਇੱਕ ਅਗਲਾ ਗੀਤ ਮੇਰਾ ਹੈਗਾ, ਨਾ ਕੋਈ ਵੈਰੀ ਨਹੀਂ ਬੇਗਾਨਾ, ਸਭ ਨੂੰ ਕਰੋ ਪਿਆਰ। ਪੰਜਾਬ ਦੇ ਵਿੱਚ ਜਿਹੜੀ ਪ੍ਰਥਮ ਪਾਤਸ਼ਾਹੀ ਜਿਹੜੇ ਸ਼੍ਰੀ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੇ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ, ਇੱਕ ਪਿਤਾ ਇੱਕ ਸਕੇ ਹਮ ਬਾਰਿਕ, ਸਾਰੇ ਜਿੰਨੇ ਵੀ ਨੇ, ਜਿੰਨੀ ਦੁਨੀਆਂ 'ਚ ਮਨੁੱਖ ਨੇ, ਉਹ ਸਾਰੇ ਇੱਕ ਪਿਤਾ ਇੱਕ ਦੇ ਬਾਲਕ ਨੇ, ਮਤਲਬ ਇੱਕ ਦੀ ਸੰਤਾਨ ਨੇ। ਉਹ ਆਪਸੀ ਸਦਭਾਵਨਾ, ਆਪਸੀ ਮੇਲਜੋਲ, ਜਾਂ ਇਹ ਕਹਿ ਲਓ ਕਿ ਆਪਸੀ ਪ੍ਰੇਮ ਪਿਆਰ ਕਰਕੇ ਉਹ ਇੱਕ ਪ੍ਰਭੂ ਦੀ ਕਿਰਪਾ ਦੇ ਨਾਲ ਅਗਲਾ ਗੀਤ ਲਿਖਿਆ ਗਿਆ, ਔਰ ਉਹ ਗਾਣਾ ਪੰਜਾਬੀ 'ਚ ਹੀ ਲਿਖਿਆ, ਉਹ ਵੀ ਗਾਇਆ ਵੀ ਤੁਸੀਂ, ਗਾਇਆ ਵੀ ਮੈਂ, ਮਿਊਜ਼ਿਕ ਵੀ ਤੁਸੀਂ ਦਿੱਤਾ, ਬਸ ਉਹ ਕੰਪੋਜ਼ ਆਪਣਾ ਜੀ। ਅਤੇ ਕਹਿਣ ਦਾ ਮਤਲਬ ਕਿ ਸਾਰੇ ਕੰਮ ਦਾ ਜ਼ਿੰਮਾ ਰੱਬ ਨੇ ਮੈਨੂੰ ਹੀ ਦਿੱਤਾ, ਔਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੀਸ ਮਿਊਜ਼ਿਕ ਵਾਲੇ, ਇਹ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ, ਇਹ ਦਿਨ ਦੁੱਗਣੀ ਰਾਤ ਚੁਗਣੀ ਕਿ ਉੱਨਤੀ ਕਰਨ, ਕਿ ਇਹਨਾਂ ਨੇ ਮੈਨੂੰ ਵੀ ਇੱਥੇ ਗਾਉਣ ਦਾ, ਆਪਣੀ ਪ੍ਰਤਿਭਾ ਦੱਸਣ ਦਾ, ਜੇ ਕਹਿ ਲਓ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਰੱਬ ਦਾ ਸੁਨੇਹਾ ਦੇਣ ਲਈ ਮੈਨੂੰ ਵੀ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ, ਮੈਨੂੰ ਮੌਕਾ ਦਿੱਤਾ। ਇਸ ਵਾਸਤੇ ਮੈਂ ਪੀਸ ਮਿਊਜ਼ਿਕ ਪਰਿਵਾਰ ਦਾ ਹੱਥ ਜੋੜ ਕੇ ਰਿਣੀ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਜਿਹੜਾ ਨਾ ਇੱਥੇ ਮੌਕਾ ਦਿੱਤਾ। ਔਰ ਮੈਂ ਚਾਹਾਂਗਾ ਭੈਣ ਜੀ ਕਿ ਦੂਜਾ ਗੀਤ ਵੀ ਅਗਰ ਤੁਸੀਂ ਸੁਣ ਲਓ। ਜੀ, ਮੈਂ ਇਹੀ ਕਹਿਣਾ ਚਾਹੁੰਦੀ ਮਿੱਤਰਾਂ 'ਤੇ ਕਿ ਮੈਨੂੰ ਲੱਗਦਾ ਕਿ ਉਹਨੂੰ ਬਹੁਤ ਚੰਗਾ ਲੱਗਿਆ ਕਰਦਾ ਗਾਣਾ ਸੁਣਨਾ। ਮਿੱਤਰੋ, ਚਲੀਏ ਸੁਣਦੇ ਹਾਂ ਅਗਲਾ ਗੀਤ, ਜਿਹੜਾ ਗੀਤ ਗਾਇਆ ਵੀ ਓਮ ਪ੍ਰਕਾਸ਼ ਭਾਈ ਜੀ ਨੇ ਅਤੇ ਲਿਖਿਆ ਵੀ ਇਹਨਾਂ ਨੇ, ਔਰ ਜਿਹੜਾ ਮਿਊਜ਼ਿਕ ਦਿੱਤਾ ਹੈ ਬੁੱਲੇ ਸ਼ਾਹ ਭਾਈ ਜੀ ਨੇ। ਅਗਲਾ ਗੀਤ ਜਿਹੜਾ ਹੈ ਮੈਨੂੰ ਲੱਗਦਾ ਬਹੁਤ ਹੀ ਚੰਗਾ ਹੋਣਾ। ਉਹ 'ਚ ਕਿਆ ਮਿਲਦਾ ਹੈ ਦੇਖਦੇ, ਆਈਏ ਸੁਣਦੇ ਹਾਂ। ਬੇਗਾਨਾ ਨਾ ਕੋਈ ਵੈਰੀ ਨਹੀਂ ਬੇਗਾਨਾ, ਸਭ ਨੂੰ ਕਰੋ ਪਿਆਰ, ਇੱਕ ਪਿਤਾ ਇੱਕ ਸਕੇ ਬਾਰਿਕ, ਜਗ ਸਾਰਾ ਪਰਿਵਾਰ। ਨਾ ਕੋਈ ਵੈਰੀ ਨਹੀਂ ਬੇਗਾਨਾ, ਸਭ ਨੂੰ ਕਰੋ ਪਿਆਰ, ਇੱਕ ਪਿਤਾ ਇੱਕ ਸਕੇ ਬਾਰਿਕ, ਜਗ ਸਾਰਾ ਪਰਿਵਾਰ। ਵੈਰੀ ਨਹੀਂ ਬੇਗਾਨਾ, ਝਗੜੇ ਚੇੜੇ ਕਾਦੀ ਏ ਤਕਰਾਰ, ਇੱਕ ਪਿਤਾ ਇੱਕ ਸਕੇ ਬਾਰਿਕ, ਜਗ ਸਾਰਾ ਪਰਿਵਾਰ। ਨਾ ਕੋਈ ਵੈਰੀ ਨਹੀਂ ਬੇਗਾਨਾ, ਹੋ
मंच ते सब अपना किरदार निभा रहे ने सृष्टि मंच ते सब अपना किरदार खेल हो रहा बना बनाया प्रभु है रचनाकार प्रभु है रचनाकार जैसी करनी वैसी भरनी करनी वैसी परनी कर्म गति दासा एक पिता एक उसके बारिक जग सारा परिवार ना कोई वैरी नहीं बेगाना धर्म न देखो सारे आत्मा पाई पाई देह द धर्म न देखो सारे आत्मा पाई पाई ज्योत स्वरूप ने सारे हिंदू मुस्लिम सिख ईसाई हिंदू सिख ईसाई ओम शांति मंत्र है सबदा शांति मंत्र है सबदा सुख शांति आधार एक पिता एक उसके बारिक जग सारा परिवार ना कोई वैरी नहीं बेगाना ਅੱਜ ਅਸੀਂ ਇਸ ਗੱਲ ਇਸ ਗਾਣੇ 'ਚ ਇਹ ਸੁਣਿਆ ਕਿ ਸਿਰਫ ਜਗ 'ਚ ਇੱਕ ਚੀਜ਼ ਨਹੀਂ ਹੁੰਦੀ ਹੈ ਇੱਕ ਚੀਜ਼ ਇਹ ਵੀ ਹੁੰਦੀ ਹੈ ਪ੍ਰੇਮ ਅਗਰ ਅਸੀਂ ਸਭ ਦੇ ਨਾਲ ਪ੍ਰੇਮ ਕਰੋਗੇ ਤਾਂ ਉਹੀ ਪ੍ਰੇਮ ਸਾਡੇ ਵਰਗੇ ਉੱਪਰ ਜਾਣੂਗਾ ਔਰ ਪਰਮਾਤਮਾ ਨੂੰ ਅਸੀਂ ਆਪਣਾ ਹਿਸਾਬ ਕਿਤਾਬ ਵੀ ਦੇ ਸਕਦੇ ਹਾਂ ਮੈਨੂੰ ਲੱਗਦਾ ਤੁਸੀਂ ਇਹੀ ਬੋਲਿਆ ਹੈ ਤਾਂ ਨਾਲੇ ਮਿੱਤਰੋ ਅਸੀਂ ਇਸ ਗਾਣੇ 'ਚ ਇਹ ਸੁਣਿਆ ਕਿ ਅਸੀਂ ਪਰਮਾਤਮਾ ਨੂੰ ਕਿੱਦਾਂ ਪ੍ਰੇਮ ਕਰਦੇ ਪਰਮਾਤਮਾ 'ਤੇ ਕਿੱਦਾਂ ਪ੍ਰੇਮ ਲੈ ਕੇ ਹੋਰ ਨੂੰ ਦੇ ਸਕਦੇ ਮੈਨੂੰ ਤਾਂ ਇਹੀ ਲੱਗਿਆ ਮੈਨੂੰ ਬੜਾ ਚੰਗਾ ਲੱਗਿਆ ਇਹ ਆਈਏ ਅਗਲਾ ਗੱਲ ਅਗਲੇ ਗਾਣੇ ਵਿੱਚ ਅਸੀਂ ਕਿਆ ਸੁਣਦੇ ਹਾਂ ਭਾਈ ਨਾਲ ਗੱਲ ਕਰਦੇ ਹਾਂ ਭਾਅ ਜੀ ਤੁਸੀਂ ਇਹ ਗੀਤ ਗਾਇਆ ਮੈਨੂੰ ਬਹੁਤ ਚੰਗਾ ਲੱਗਿਆ ਅਗਲਾ ਗੀਤ ਤੁਸੀਂ ਤੁਹਾਡਾ ਕੀ ਹੋਣਗਾ ਸਾਰੀ ਸਦਭਾਵਨਾ ਦੇ ਗੀਤ ਤੋਂ ਬਾਅਦ ਅਗਲਾ ਗਾਣਾ ਜਿਹੜਾ ਨਾ ਥੋੜ੍ਹਾ ਜਿਹਾ ਜੋਸ਼ੀਲਾ ਗਾ ਲਈਏ ਇੱਕ ਗਾਣਾ ਤਾਂ ਕਿ ਸਾਡੇ ਦਰਸ਼ਕਾਂ ਨੂੰ ਮਜ਼ਾ ਆ ਜਾਏ ਬੜੀ ਦੇਰ ਤੋਂ ਖਾਮੋਸ਼ ਬੈਠੇ ਹੈ ਇਸ ਕਰਕੇ ਆਪਾਂ ਅਗਲਾ ਭੰਗੜੇ ਵਾਲਾ ਗਾਣਾ ਦਰਸ਼ਕੋ ਤੁਸੀਂ ਨੱਚ ਸਕਦੇ ਹੋ ਇਹ ਗਾਣਾ ਸੁਣੋ ਮੈਂ ਗਾਉਂਦਾ ਤੁਸੀਂ ਨੱਚੀ ਜਾਓ ਵਧੀਆ ਢੰਗ ਨਾਲ ਨੱਚੋ ਧਮਾਲ ਪਾ ਦਿਓ ਫਟੇ ਚੱਕ ਦਿਓ ਇੰਨਾ ਵਧੀਆ ਗਾਣਾ ਜਿਹੜਾ ਨਾ ਆ ਰਿਹਾ ਤੁਹਾਡੇ ਵਾਸਤੇ ਇਹ ਗਾਣਾ ਜਿਹੜਾ ਹੈਗਾ ਇਸ ਗਾਣੇ ਨੂੰ ਗਾਉਣ ਵਾਸਤੇ ਉਹਨੂੰ ਕੰਪੋਜ਼ ਕਰਨ ਵਾਸਤੇ ਸਾਨੂੰ ਘੱਟੋ ਘੱਟ 15 ਦਿਨ ਲੱਗ ਗਏ ਕੰਪੋਜ਼ ਕਰਨ ਵਾਸਤੇ ਕਿਉਂਕਿ ਇਸ ਗਾਣੇ ਦੇ ਬੋਲ ਹੀ ਇਹੋ ਜਿਹੇ ਨੇ ਕਿ ਸ਼ਬਦਾਂ ਦੇ ਨਾਲ ਸੰਗੀਤ ਦਾ ਜਾਦੂ ਇਨਸਾਨ ਦੇ ਮਨ ਮਾਨਸ ਪਟਲ 'ਤੇ ਇਵੇਂ ਉਤਰ ਜਾਂਦਾ ਕਿ ਬੰਦਾ ਗਾਣਾ ਸੁਣਦਾ ਤਾਂ ਜ਼ਰੂਰ ਹੈ ਪਰ ਉਸ ਗਾਣੇ ਦੀ ਰਵਾਨਗੀ ਦੇ ਵਿੱਚ ਝੂਮਣਾ ਸ਼ੁਰੂ ਕਰ ਦਿੰਦਾ ਇਹ ਇਸ ਕਰਕੇ ਇਸ ਗਾਣਾ ਜਦੋਂ ਇਹ ਗਾਣੇ ਦੇ ਬੋਲ ਕੀ ਹੋਣੇ ਪੰਜਾਬ ਦੇ ਵਿੱਚ ਜਦੋਂ ਬੰਦਾ ਖੁਸ਼ ਹੋ ਜਾਂਦਾ ਤੇ ਬੰਦਾ ਇਹ ਕਹਿੰਦਾ ਬਈ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਸੋ ਇਸ ਗਾਣੇ ਦਾ ਟਾਈਟਲ ਅਸੀਂ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਇਹ ਗਾਣਾ ਗਾਇਆ ਕਿਨੇ ਇਹ ਗਾਣਾ ਮੈਂ ਹੀ ਗਾਇਆ ਜੀ ਔਰ ਲਿਖਿਆ ਕਿਨੇ ਦੇਖੋ ਜੀ ਇਹ ਹਰ ਵਾਰ ਤੁਸੀਂ ਪੁੱਛ ਰਹੇ ਹੋ ਤੇ ਦੱਸਣਾ ਪੈਣਾ ਜੀ ਬਿਲਕੁਲ ਕਿ ਇਹ ਗਾਣਾ ਲਿਖਣ ਦਾ ਮੌਕਾ ਰੱਬ ਨੇ ਮੈਨੂੰ ਦਿੱਤਾ ਜੀ ਕਿ ਆਓ ਨੱਚੀਏ ਰਲ ਮਿਲ ਕੇ ਸਾਰੇ ਹੁੱਲੇ ਹੁਲਾਰੇ ਤੁਸੀਂ ਵੀ ਉੱਠ ਪਾਓ ਜਰਾ ਬੈਠੇ ਹੋ ਟੀਵੀ ਦੇ ਮੂਹਰੇ ਬੈਠੇ ਹੋ ਤੁਸੀਂ ਵੀ ਉੱਠ ਪਵੋ ਔਰ ਇਹ ਗਾਣਾ ਸੁਣੋ ਗਾਣਾ ਲਾਜਵਾਬ ਔਰ ਨਾਲ ਦੀ ਨਾਲ ਤੁਸੀਂ ਵੀ ਆਪਣੇ ਮਨ ਨੂੰ ਖੁਸ਼ ਕਰ ਲਓ ਆਪਣੇ ਆਪ ਨੂੰ ਖੁਸ਼ ਕਰ ਲਓ ਨੱਚ ਕੇ ਜੀ
ਮਿੱਤਰੋ ਤੁਸੀਂ ਸੁਣਿਆ ਕਿ ਗਾਣੇ ਦਾ ਨਾਮ ਹੈ ਹੁੱਲੇ ਹੁਲਾਰੇ। ਮਤਲਬ ਅਸੀਂ ਕੋਈ ਜ਼ਿਆਦਾ ਕੋਈ ਪ੍ਰੋਗਰਾਮ ਕਰਦੇ ਜਾਂ ਘਰ ਵਿੱਚ ਕੋਈ ਫੰਕਸ਼ਨ ਹੁੰਦਾ ਤਾਂ ਅਸੀਂ ਝੂਮ ਉੱਠਦੇ ਹਾਂ। ਤਾਂ ਗਾਇਆ ਵੀ ਇਹ ਓਮ ਪ੍ਰਕਾਸ਼ ਭਾਅ ਜੀ ਨੇ ਹੈ, ਲਿਖਿਆ ਵੀ ਓਮ ਪ੍ਰਕਾਸ਼ ਭਾਅ ਜੀ ਨੇ ਹੈ, ਮਿਊਜ਼ਿਕ ਵੀ ਓਮ ਪ੍ਰਕਾਸ਼ ਭਾਅ ਜੀ ਨੇ ਦਿੱਤਾ ਹੈ। ਆਈਏ ਸੁਣਦੇ ਹਾਂ ਅਸੀਂ ਗਾਣੇ 'ਚ, ਨਾਲੇ ਭਾਈ ਨੇ ਬੋਲਿਆ ਕਿ ਝੂਮ ਉੱਠੋ, ਪੱਟੇ ਚੱਕ ਦਿਓ ਤਾਂ ਅਸੀਂ ਉਹੀ ਚੱਕਣਾ ਹੈ। ਆਈਏ ਸੁਣਦੇ ਹਾਂ ਗੀਤ। ਆਓ ਨੱਚੀਏ ਰਲ ਮਿਲ ਕੇ ਸਾਰੇ ਹੁੱਲੇ ਹੁਲਾਰੇ, ਆਓ ਨੱਚੀਏ ਰਲ ਮਿਲ ਕੇ ਸਾਰੇ ਹੁੱਲੇ ਹੁਲਾਰੇ, ਖੁਸ਼ੀਆਂ ਖੇੜੇ ਚਾਰ ਚੁਫੇਰੇ ਹੁੱਲੇ ਹੁਲਾਰੇ। ਹੁੱਲੇ ਹੁਲਾਰੇ, ਮੈਨੂੰ ਲੱਗਦਾ ਕਿ ਇੱਥੇ ਫੱਟੇ ਵੱਡੇ ਵੱਡੇ ਹੁੰਦੇ ਤਾਂ ਮੈਂ ਸ਼ਾਇਦ ਉਹੀ ਚੱਕ ਦੇਣੇ ਤੇ ਨੱਚ ਨੱਚ ਕੇ। ਮੈਨੂੰ ਲੱਗਦਾ ਦਰਸ਼ਕਾਂ ਨੂੰ ਤਾਂ ਪੱਕਾ ਫੱਟੇ ਚੱਕੇ ਹੋਣਗੇ ਤੁਹਾਡੇ ਇਸ ਗਾਣੇ 'ਚ। ਮੈਨੂੰ ਬਹੁਤ ਚੰਗਾ ਲੱਗਿਆ ਹੁੱਲੇ ਹੁਲਾਰੇ। ਅਸੀਂ ਜਦ ਵੀ ਕੋਈ ਪ੍ਰੋਗਰਾਮ ਕਰਦੇ ਹਾਂ ਉੱਥੇ ਉਹੀ ਢੋਲ ਵੱਜਦਾ ਹੈ ਤਾਂ ਨਾਲੇ ਉਹ ਇੱਕ ਪੀਪਣੀ ਵੱਜਦੀ ਹੈ, ਕਿਤਨੀ ਸੋਹਣੀ ਲੱਗਦੀ ਹੈ, ਸੁਣ ਤਾਂ ਸਾਡੇ ਕੰਨ ਸੁੱਕ ਖੜ੍ਹੇ ਹੋ ਜਾਂਦੇ। ਮੈਨੂੰ ਲੱਗਦਾ ਦੋਸਤਾਂ ਨੂੰ ਵੀ ਬੜਾ ਚੰਗਾ ਲੱਗਿਆ ਹੋਣਾ ਇਹ ਗਾਣਾ। ਔਰ ਜਦ ਵੀ ਤੁਹਾਡੇ ਘਰ ਕੋਈ ਖੁਸ਼ੀ ਆਉਂਦੀ ਹੋਣੀ ਤਾਂ ਤੁਸੀਂ ਵੀ ਇੱਦਾਂ ਫੱਟੇ ਚੱਕਦੇ ਹੋਣੇ। ਮੈਨੂੰ ਲੱਗਦਾ ਭਾਈ ਜੀ ਤੁਸੀਂ ਬਹੁਤ ਦਿਲ ਨਾਲ ਇਹ ਗਾਣੇ ਲਿਖੇ ਪਏ ਹੋਣੇ। ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਸੋਚਦੀ ਹਾਂ ਕਿ ਤੁਸੀਂ ਅਗਲੀ ਵੇਲਾ ਵੀ ਸਾਡੇ ਇਸ ਪ੍ਰੋਗਰਾਮ 'ਚ, ਸੁਰ ਸੰਧਿਆ ਪ੍ਰੋਗਰਾਮ 'ਚ ਤੁਸੀਂ ਵਾਰ ਵਾਰ ਆਓ ਤਾਂ ਤੁਸੀਂ ਇੰਨੇ ਅੱਛੇ ਅੱਛੇ ਗਾਣੇ ਲੈ ਕੇ ਆਓ ਜੇ ਪੰਜਾਬੀ ਹੋਰ ਸਾਡੇ ਦਰਸ਼ਕ ਇਹ ਫੱਟੇ ਚੱਕਣ ਦੇ ਵਾਲੇ ਮਤਲਬ ਦਿਲ 'ਚ ਖੁਸ਼ ਹੋ ਜਾਣ ਉਹਨਾਂ ਦਾ। ਔਰ ਮੇਰਾ ਤਾਂ ਬਹੁਤ ਹੋਇਆ ਤੁਹਾਡਾ ਇਸ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਅਤੇ ਨਾਲੇ ਸ਼ੁਕਰੀਆ। ਧੰਨਵਾਦ ਮਿੱਤਰੋ। ਅਸੀਂ ਇਹ ਗਾਣਾ ਸੁਣਿਆ ਅਤੇ ਨਾਲੇ ਮਜ਼ਾ ਵੀ ਲਿਆ। ਅਗਲੇ ਪ੍ਰੋਗਰਾਮ 'ਚ ਅਸੀਂ ਕੁਝ ਹੋਰ ਨਵੇਂ ਗਾਣੇ ਲੈ ਕੇ ਆਉਂਗੇ ਔਰ ਨਾਲੇ ਪੀਸ ਮਿਊਜ਼ਿਕ 'ਚ ਜਿਹੜੇ ਸਾਡੇ ਪ੍ਰੋਗਰਾਮ ਚੱਲਦੇ ਆ, ਮੈਨੂੰ ਆਸ਼ਾ ਹੈ ਕਿ ਤੁਸੀਂ ਰੋਜ਼ ਗਾਣੇ ਸੁਣਦੇ ਹੋਣੇ ਔਰ ਨਾਲੇ ਸੁਣਦੇ ਤਾਂ ਨਾਲੇ ਫੱਟੇ ਵੀ ਚੱਕਦੇ ਹੋਣੇ। ਆਈਏ ਅਗਲੇ ਸੁਰ ਸੰਧਿਆ 'ਚ ਨਵੇਂ ਗੀਤ ਲੈ ਕੇ ਤੁਹਾਡੇ ਸਮਕਸ ਹਾਜ਼ਰ ਹੋਵਾਂਗੇ। ਨਮਸਕਾਰ,
ਓਮ ਸ਼ਾਂਤੀ ਅਤੇ ਨਾਲੇ ਸਤਿ ਸ਼੍ਰੀ ਅਕਾਲ।